हर किसी के अपने वक् वक् सुपने होंगे हैं तो की होंगे जो असी अपने ही शौक नूं जीण दा असल मकसद बना लेंदे हाँ। अजी ही एक आर्टिस्ट जिन्हां दी कलाकारी दे चर्चे दूर दूर तक होंदे हन ते पटियाला दे छोटे जिहे पिंड सनौर विच रहिंदे हन। सो एक बार फिर तुहाडा स्वागत है साडे शो जेंस ऑफ पंजाब दे विच ते गबरू टीवी ते तुहाडा स्वागत है। मैं तुहाडी दोस्त ते होस्ट पिंकी चौधरी ते अज तुहाडे नाल रूबरू करवाण जा रही हां बॉटल आर्टिस्ट गुरदीप सिंह। मेरे पिछे तुसी देख सकते हो कि इन्होंने बोतलों के बड़ी खूबसूरत चीजा पाई हुई ने। हाँ मैं भी जानना चाहूंगी कि इन्नी वड्डी चीजा बट बोतल का मुंह इन्ना हुंदा कि किवें पांदे ने। सो इन्हां तो ही जानदे ने ਇਹ ਹੈ ਆਰਟ ਇਹਨਾਂ ਨੇ ਕਿੱਥੋਂ ਦੀ ਸਿੱਖਿਆ। ਸੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਜੀ? ਮੈਂ ਪਿੱਛੇ ਦੇਖ ਰਹੀ ਹਾਂ ਬੋਤਲਾਂ, ਪਹਿਲਾਂ ਤਾਂ ਇਹ ਆਰਟ ਤੁਸੀਂ ਸਿੱਖਿਆ ਕਿੱਥੋਂ ਦੀ ਹੈ ਜੀ? ਇਹ 2003 ਦੇ ਵਿੱਚ ਮੈਂ ਕਿਸੇ ਟੀਵੀ ਦੇ ਵਿੱਚ ਇੱਕ ਕਲਾਕਾਰ ਨੂੰ ਇਸ ਆਰਟ ਨੂੰ ਦੇਖਿਆ ਸੀਗਾ ਤੇ ਉਸ ਤੋਂ ਬਾਅਦ ਮੈਨੂੰ ਵੀ ਸ਼ੌਂਕ ਲੱਗਿਆ ਕਿ ਮੈਂ ਇਸ ਕਲਾ ਨੂੰ ਅੱਗੇ ਵਧਾਵਾਂ ਜੀ। ਤੇ ਉਸ ਆਰਟ ਨੇ ਆਰਟਿਸਟ ਨੇ ਇੱਦਾਂ ਹੀ ਬੋਤਲ 'ਚ ਮੰਜਾ ਬਣਾਇਆ ਸੀਗਾ ਪਰ ਮੈਂ ਇੱਕ ਪੇਂਟਰ ਸੀਗਾ ਜੀ, ਪੇਂਟਿੰਗ ਦਾ ਕੰਮ ਕਰਦਾ ਸੀਗਾ ਤੇ ਉਹਦੇ ਨਾਲ ਮੈਨੂੰ ਹੁੰਦਾ ਸੀ ਕਿ ਮੈਂ ਪੇਂਟਿੰਗ ਬੋਤਲ ਦੇ ਅੰਦਰ ਕਰਕੇ ਕੁਝ ਵੱਖਰਾ ਜਿਹਾ ਕਰਾਂ ਤੇ ਕਲਰਸ ਨੂੰ ਆਰਟਿਸਟ ਕੈਨਵਸ ਵਗੈਰਾ ਤੇ ਵਾਲ 'ਚ ਤਾਂ ਸਾਰੇ ਯੂਜ ਕਰਦੇ ਨੇ। ਫਿਰ ਮੈਂ ਬੋਤਲ ਦੇ ਅੰਦਰ ਕਲਰ ਚਲਾ ਕੇ ਦੇਖੇ, ਪੇਂਟਿੰਗ ਕਰਕੇ ਦੇਖੀ ਤਾਂ ਮੈਂ ਉਸ ਚੀਜ਼ 'ਚ ਕਾਮਯਾਬ ਰਿਹਾ ਜੀ ਤੇ ਬੋਤਲ ਦੇ ਅੰਦਰ ਹੀ ਮੈਂ ਕਾਫੀ ਇੱਦਾਂ ਪੇਂਟਿੰਗਸ ਬਣਾਈਆਂ। ਫਿਰ ਮੈਂ ਇੱਦਾਂ ਲੱਕੜ ਦੀਆਂ ਜੋ ਕਲਾਕ੍ਰਿਤਾਂ ਸੀ, ਮੰਜਾ, ਕੁਰਸੀ, ਪੌੜੀ, ਮਧਾਨੀ, ਚਰਖਾ ਤਾਂ ਇਹ ਚੀਜ਼ਾਂ ਫਿਰ ਮੈਂ ਇਕੱਲਾ ਇਕੱਲਾ ਪੀਸ ਲੱਕੜ ਦਾ ਤਰਾਸ਼ ਕੇ ਅੰਦਰ ਫਿੱਟ ਕੀਤਾ ਜੀ ਤੇ ਹੌਲੇ ਹੌਲੇ ਇਹਨਾਂ ਚੀਜ਼ਾਂ ਦੇ ਵਿੱਚ ਮੈਨੂੰ ਕਾਮਯਾਬੀ ਮਿਲਦੀ ਜਾਏਗੀ। ਪਹਿਲਾਂ ਉਹੀ ਬੇਸਿਕ ਕੁਐਸਚਨ ਕਿ ਇਹ ਇੰਨੀ ਵੱਡੀ ਚੀਜ਼ ਇਹਦੇ ਵਿੱਚ ਛੋਟਾ ਜਿਹਾ ਟੱਕਣ ਹੁੰਦਾ ਕਿ ਇਹਦੇ 'ਚ ਜਾਂਦੀ ਕਿਵੇਂ ਜਾਂ ਬਣਦੀ ਕਿਵੇਂ? ਹਾਂਜੀ, ਕਿਉਂਕਿ ਜਦੋਂ ਮੈਂ ਸਭ ਤੋਂ ਪਹਿਲਾਂ ਇਹ ਚੀਜ਼ਾਂ ਕਲਾਕ੍ਰਿਤਾ ਬਣਾਇਆ ਸੀ ਤਾਂ ਪਿੰਡ ਦੇ ਲੋਕ ਵੀ ਯਕੀਨ ਨਹੀਂ ਕਰਦੇ ਸੀ ਕਿ ਬੋਤਲ ਨੂੰ ਕੱਟ ਕੇ ਉਹਦਾ ਥੱਲਾ ਕੱਢ ਦਿੱਤਾ ਜਾਂਦਾ ਹੋਏਗਾ ਜੀ। ਪਰ ਜਦੋਂ ਬਹੁਤ ਸਾਰਾ ਮੀਡੀਆ ਵੀ ਆਉਂਦਾ ਰਿਹਾ ਜੀ, ਪੂਰਾ ਇਸ ਬੋਤਲ ਨੂੰ ਤੁਸੀਂ ਧਿਆਨ ਨਾਲ ਚੈੱਕ ਕਰੋਗੇ ਤਾਂ ਇੱਦਾਂ ਦਾ ਕੁਝ ਨਹੀਂ ਹੋਊਗਾ। ਅਸਲ 'ਚ ਹਰ ਚੀਜ਼ ਨੂੰ ਇਕੱਲਾ ਇਕੱਲਾ ਪੀਸ ਬਾਹਰ ਪਹਿਲਾਂ ਮੈਂ ਤਰਾਸ਼ਦਾ ਲੱਕੜ ਦਾ, ਉਸ ਤੋਂ ਬਾਅਦ ਉਸਨੂੰ ਅੰਦਰ ਫਿੱਟ ਕੀਤਾ ਜਾਂਦਾ ਜੀ। ਇਹਦੇ ਵਿੱਚ ਮੇਰੇ ਔਜ਼ਾਰ ਨੇ ਕੁਝ ਆਪਣੇ ਤਿਆਰ ਕੀਤੇ ਹੋਏ, ਜਿਵੇਂ ਕਿ ਸਾਈਕਲ ਦਾ ਇੱਕ ਗਜ ਹੁੰਦਾ ਜੀ, ਉਹ ਮੈਂ ਬਹੁਤ ਯੂਜ ਕਰਦਾ ਇਸ ਚੀਜ਼ ਦੇ ਵਿੱਚ। ਹੋਰ ਵੀ ਚਿਮਟੀ ਵਗੈਰਾ ਕਾਫੀ ਔਜ਼ਾਰ ਨੇ ਜਿਹੜੇ ਟੂਲਸ ਮੈਂ ਆਪਣੇ ਤਿਆਰ ਕੀਤੇ ਹੋਏ ਨੇ ਤੇ ਉਹਨਾਂ ਦੇ ਨਾਲ ਫਿਰ ਇਸ ਨੂੰ ਇਕੱਲਾ ਇਕੱਲਾ ਮੈਂ ਅੰਦਰ ਫਿੱਟ ਕਰਦਾ ਤੇ ਜਦੋਂ ਬਟ ਇਹ ਤਾਂ ਮੰਜੇ ਬੁਣੇ ਵੀ ਹੋਏ ਆ, ਸੋ ਉਹ ਚੀਜ਼ ਕਿਵੇਂ ਪੋਸੀਬਲ ਕੀਤੀ ਤੁਸੀਂ? ਹਾਂਜੀ, ਦੇਖੋ ਜਿਹੜਾ ਅੱਜ ਦਾ ਕਲਚਰ ਆਪਣਾ ਸਾਇੰਸ ਦਾ ਯੁੱਗ ਕਹਿ ਸਕਦੇ ਹਾਂ ਆਪਾਂ, ਕਿ ਮਸ਼ੀਨੀ ਯੁੱਗ ਆ ਗਿਆ ਜੀ। ਪਹਿਲਾਂ ਲੜਕੀਆਂ ਪੱਖੀਆਂ ਬੁਣਦੀਆਂ ਸੀ, ਮੰਜੇ, ਚਾਦਰਾਂ, ਦਰੀਆਂ, ਤੇ ਉਹ ਸਾਰਾ ਕੁਝ ਹੁਣ ਖਤਮ ਹੁੰਦਾ ਜਾ ਰਿਹਾ ਜੀ। ਤੇ ਮੈਂ ਸੋਚਿਆ ਸੀ ਵੀ ਇਸ ਕਲਾ ਨੂੰ ਮੈਂ ਅੱਗੇ ਵਧਾਵਾਂ ਤੇ ਮੈਂ ਫਿਰ ਇਹ ਸਾਰਾ ਕੁਝ ਸਿੱਖਿਆ ਜੀ, ਬੁਣ ਕੇ ਸਿੱਖੀ। ਇਸ ਨੂੰ ਸਿੱਖਣ ਦੇ ਲਈ ਮੈਂ ਰਾਜਸਥਾਨ, ਹਰਿਆਣਾ, ਕਾਫੀ ਬਾਹਰ ਸਟੇਟਾਂ 'ਚ ਵੀ ਮੈਂ ਜਾਂਦਾ ਰਿਹਾ, ਉਸਤਾਦ ਲੋਕ ਵਧੀਆ ਲੱਭੇ ਜੀ ਮੈਂ, ਤੇ ਇਹ ਕਲਾ 'ਚ ਮੈਂ ਕਾਫੀ ਸੰਪੂਰਨ ਹੋਇਆ। ਫਿਰ ਯਾਨੀ ਕਿ ਫਿਰ ਇਹ ਚੀਜ਼ਾਂ ਮੈਂ ਅੱਗੇ ਵਧਾਉਂਦਾ ਜਾਈਗਾ ਜੀ ਤੇ ਮੈਨੂੰ ਸ਼ੌਂਕ ਆ ਜੀ ਇਹ ਚੀਜ਼ਾਂ ਦਾ। ਮੈਂ ਹੁਣ ਕਾਫੀ ਟਾਈਮ ਤੋਂ ਇਹ ਚੀਜ਼ਾਂ ਕਰ ਰਿਹਾ ਤੇ ਪਿੰਡ 'ਚ ਮੈਂ ਕਾਫੀ ਮਸ਼ਹੂਰ ਸੀ। ਕਿਸੇ ਨੇ ਮੰਜਾ ਵੀ ਬੁਣਨਾ ਹੁੰਦਾ ਸੀ ਤਾਂ ਮੈਨੂੰ ਕਹਿੰਦੇ ਸੀਗੇ ਵੀ ਗੁਰਦੀਪ ਨੂੰ ਬੁਲਾਓ, ਮੰਜਾ ਉਸ ਤੋਂ ਬਣਾਵਾਂਗੇ, ਤੇ ਇੱਦਾਂ ਹੀ ਮੈਂ ਫਿਰ ਇਹ ਚੀਜ਼ਾਂ ਕਰਦਾ ਜਾ ਰਿਹਾ ਜੀ ਹੁਣ ਕਾਫੀ ਟਾਈਮ ਤੋਂ। ਬਟ ਕੀ ਲੱਗਦਾ ਕਿ ਇਹ ਚੀਜ਼ਾਂ ਦੇ ਨਾਲ, ਕਿਉਂਕਿ ਆਪਾਂ ਅਕਸਰ ਹੀ ਇਹ ਚੀਜ਼ ਆਪਾਂ ਨੂੰ ਮੁੰਡਾ ਹੋਵੇ ਜਾਂ ਮੁੰਡਿਆਂ ਨੂੰ ਤਾਂ ਬੇਸਿਕਲੀ ਇਹ ਚੀਜ਼ ਸੁਣਨ ਨੂੰ ਮਿਲਦੀ ਹੈ ਕਿ ਭਾਈ ਘਰ ਪਰਿਵਾਰ ਚਲਾਉਣਾ ਹੈ ਤੂੰ, ਫਿਰ ਇਹ ਆਰਟ ਦੇ ਨਾਲ ਤੁਹਾਨੂੰ ਲੱਗਦਾ ਕਿ ਫਾਈਨੈਂਸ਼ਲੀ ਉਹ ਚੀਜ਼ਾਂ ਤੁਹਾਡੀ ਕੰਪਲੀਟ ਹੋਈਆਂ ਨੇ ਕਿ ਤੁਸੀਂ ਕਿਵੇਂ ਮੈਨੇਜ ਕੀਤਾ? ਦੇਖੋ ਜੀ, ਅਕਸਰ ਨਾ ਬਹੁਤ ਸਾਰੇ ਘਰਾਂ ਦੇ ਵਿੱਚ ਲੜਾਈ ਹੁੰਦੀ ਆ ਕਿਉਂਕਿ ਕੁਝ ਇਨਸਾਨ ਨਾ ਡਰਿੰਕ ਕਰਦੇ ਨੇ, ਦਾਰੂ ਦੀ ਬੋਤਲ ਘਰ ਪਈ ਹੁੰਦੀ ਆ ਜੀ। ਮੇਰੇ ਘਰ ਕਈ ਵਾਰੀ ਝਗੜਾ ਵਾਈਫ ਨਾਲ ਇਸ ਕਾਰਨ ਹੋ ਜਾਂਦਾ ਕਿਉਂਕਿ ਮੇਰੇ ਕੋਲ ਨਾ ਖਾਲੀ ਬੋਤਲਾਂ ਬਹੁਤ ਸਾਰੀਆਂ ਪਈਆਂ ਨੇ, 500-700 ਬੋਤਲ ਖਾਲੀ ਪਈ ਆ, ਤਾਂ ਮੈਨੂੰ ਇੱਕ ਕਵਾੜੀਏ ਦਾ ਘਰ ਦੇ ਵੀ ਕਈ ਵਾਰ ਕਹਿੰਦੇ ਨੇ ਵੀ ਕਵਾੜੀਏ ਦੀ ਬੋਤਲਾਂ ਪਈਆਂ ਨੇ। ਤਾਂ ਜੀ ਇਹਨਾਂ ਚੀਜ਼ਾਂ ਦੇ ਨਾਲ ਮੇਰੀ ਇੱਕ ਪਹਿਚਾਣ ਬਣੀ ਆ ਜੀ ਪੂਰੇ ਪੰਜਾਬ 'ਚ, ਮੈਂ ਜਿੱਥੇ ਵੀ ਜਾਂਦਾ ਬਹੁਤ ਲੋਕ ਮੈਨੂੰ ਪਹਿਚਾਣ। ਗਲਾਸ ਆਰਟਿਸਟ, ਬਿਲਕੁਲ ਆਰਟਿਸਟ। ਹਾਂ ਜੀ, ਤਾਂ ਇਹਨਾਂ ਚੀਜ਼ਾਂ ਦਾ ਪਹਿਲਾਂ ਕੋਈ ਮੁੱਲ ਨਹੀਂ ਸੀ ਜੀ, ਪਰ ਹੁਣ ਬਹੁਤ ਸਾਰੇ NRI ਭਰਾ ਨੇ ਜਿਹੜੇ ਮੇਰੇ ਇਹਨਾਂ ਚੀਜ਼ਾਂ ਨੂੰ ਖਰੀਦਦੇ ਵੀ ਨੇ, ਔਰਡਰ ਦਿੰਦੇ ਨੇ ਮੈਨੂੰ। ਬਹੁਤ ਜ਼ਿਆਦਾ ਔਰਡਰ ਹੁੰਦਾ ਜੀ ਮੇਰੇ ਕੋਲ ਇਹ ਚੀਜ਼ਾਂ ਨੂੰ ਬਣਾਉਣ ਦੇ ਲਈ, ਵੀ ਟਾਈਮ ਨਹੀਂ ਕੱਢ ਪਾ ਰਿਹਾ ਮੈਂ, ਤਾਂ ਬਹੁਤ ਸਾਰੀ ਮੈਨੂੰ ਸਪੋਰਟ ਆ ਜੀ ਹੁਣ ਹੁਣ ਜਾ ਕੇ ਕਲਾ ਦੀ ਕਦਰ ਵੀ ਪਈ ਆ ਜੀ। ਅਤੇ ਇਸ ਲਈ ਮੈਂ ਆਪਣਾ ਇਸ ਆਰਟ ਦੇ ਨਾਲ ਪਹਿਲਾਂ ਮੇਰੀ ਰੋਜ਼ੀ ਰੋਟੀ ਨਹੀਂ ਚੱਲਦੀ ਸੀ, ਨਾਮ ਬਹੁਤ ਬਣਦਾ ਸੀ ਮੀਡੀਆ 'ਚ, ਅਖਬਾਰਾਂ 'ਚ ਨਾਮ ਬਹੁਤ ਹੁੰਦਾ ਸੀਗਾ, ਪਰ ਮੈਂ ਆਪਣਾ ਪੇਂਟਿੰਗ ਦਾ ਕੰਮ ਕਰਦਾ ਰਹਿੰਦਾ ਸੀ ਅਤੇ ਵਿਆਹ ਸ਼ਾਦੀਆਂ ਦੇ ਵਿੱਚ ਫਲਾਵਰ ਡੈਕੋਰੇਸ਼ਨ ਦਾ ਕੰਮ ਕਰਦਾ ਸੀ, ਉਸ ਦੇ ਨਾਲ ਮੇਰਾ ਰੋਜ਼ੀ ਰੋਟੀ ਘਰ ਦਾ ਪਰਿਵਾਰ ਦਾ ਚੱਲਦਾ ਰਹਿੰਦਾ। ਪਰ ਹੁਣ ਇੰਨੀ ਸਪੋਰਟ ਮੈਨੂੰ ਇਸ ਲਾਈਨ ਦੇ ਵਿੱਚ ਕੀਤੀ ਹੈ ਮੇਰੇ NRI ਭਰਾਵਾਂ ਨੇ, ਅਤੇ ਬਸ
ਮੈਨੂੰ ਲੱਗਦਾ ਵੀ ਬਹੁਤ ਜਲਦੀ ਮੈਂ ਬਾਹਰਲਾ ਟੂਰ ਵੀ ਉਹਨਾਂ ਦੇ ਆਸਰੇ ਤੇ ਕਰੂੰਗਾ। ਬਿਲਕੁਲ, ਸੋ ਬਣਦਾ ਵੀ ਹੈ, ਬਟ ਇਹ ਚੀਜ਼ ਦੀ ਸ਼ੁਰੂਆਤ ਤੁਸੀਂ ਦੱਸੀ ਹੈ, ਬਟ ਇਹ ਚੀਜ਼ ਨੂੰ ਕੰਟੀਨਿਊ ਕਰਨਾ ਕਿੰਨਾ ਕੁ ਟਫ ਲੱਗਦਾ ਹੁਣ ਤੁਹਾਨੂੰ, ਕਿਉਂਕਿ ਤੁਸੀਂ ਆਪ ਦੱਸ ਰਹੇ ਹੋ ਕਿ ਤੁਸੀਂ ਇੰਨੇ ਬਿਜ਼ੀ ਹੋ, ਤੁਹਾਨੂੰ ਨਾਲ ਰੋਜ਼ੀ ਰੋਟੀ ਚਲਾਉਣ ਦੇ ਲਈ ਕਰਨਾ ਪੈਂਦਾ, ਬਟ ਆਪਣੇ ਆਰਟ ਨੂੰ ਇੱਕ ਪਰਟੀਕੂਲਰ ਕਿਸੇ ਵੀ ਚੀਜ਼ ਨੂੰ ਟਾਈਮ ਦੇਣਾ ਪੈਂਦਾ, ਸੋ ਚੀਜ਼ ਨੂੰ ਕਿਵੇਂ ਮੈਨੇਜ ਕਰਦੇ ਹੋ? ਦੇਖੋ ਜੀ, ਅਬਦੁਲ ਕਲਾਮ ਜੀ ਨੇ ਕਹਿੰਦੇ ਵੀ ਸੁਪਨੇ ਬਹੁਤ ਨਹੀਂ ਹੋਤੇ ਜੋ ਹਮ ਨੀਂਦ ਮੇਂ ਦੇਖਤੇ ਹੈਂ, ਸੁਪਨੇ ਬਹੁਤ ਹੋਤੇ ਹੈਂ ਜੋ ਹਮੇਂ ਸੋਨੇ ਨਹੀਂ ਦੇਤੇ। ਜੀ, ਸੋ ਇਹੀ ਚੀਜ਼ ਨੂੰ ਲੈ ਕੇ ਮੈਂ ਚੱਲਦਾ ਕਿ ਆਪਣੇ ਆਰਟ ਲਈ ਟਾਈਮ ਤਾਂ ਕੱਢਣਾ ਪੈਂਦਾ ਜੀ, ਇਸ ਲਈ ਮੈਂ ਆਪਣੇ ਕੰਮ ਦੇ ਨਾਲ ਨਾਲ ਜੋ ਮੇਰਾ ਸ਼ੌਂਕ ਹੋਬੀ ਇਹਦੇ ਲਈ ਮੈਂ ਟਾਈਮ ਕੱਢਦਾ ਜੀ ਥੋੜ੍ਹਾ ਬਹੁਤਾ, ਜਿੰਨਾ ਵੀ ਮੇਰੇ ਤੋਂ ਨਿਕਲਦਾ। ਇਸ ਚੀਜ਼ ਨੂੰ ਮੈਂ ਹੁਣ ਛੱਡ ਨਹੀਂ ਸਕਦਾ ਜੀ, ਮੈਂ ਦੋ ਪ੍ਰੋਗਰਾਮ ਘੱਟ ਫੜੂੰਗਾ ਪਰ ਮੈਂ ਇਸ ਆਰਟ ਨੂੰ ਰੈਗੂਲਰ ਕਰਦਾ ਜੀ। ਜੀ ਹੁੰਦਾ ਜੀ। ਸੋ ਇੱਕ ਪੀਸ ਨੂੰ ਬਣਾਉਣ ਦੇ ਲਈ ਤੁਹਾਨੂੰ ਕਿੰਨਾ ਕੁ ਟਾਈਮ ਲੱਗਦਾ? ਕਿਉਂਕਿ ਜਿਹੜਾ ਪੀਸ ਪਹਿਲਾਂ ਬਣ ਚੁੱਕਿਆ ਜੀ ਉਸਨੂੰ ਤਾਂ ਬਹੁਤ ਟਾਈਮ ਘੱਟ ਲੱਗਦਾ, ਕਿਉਂਕਿ ਉਹ ਇੱਕ ਆਰਟ ਇੱਕ ਤਰ੍ਹਾਂ ਨਿਕਲ ਚੁੱਕਿਆ, ਇੱਕ ਨਵੀਂ ਚੀਜ਼ ਅਸੀਂ ਕੀ ਬਣਾਉਣਾ ਚਾਹੁੰਦੇ ਹਾਂ ਤਾਂ ਉਸਦੇ ਲਈ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਜੀ। ਹੁਣ ਜਿਵੇਂ ਕਿ ਬੋਤਲ 'ਚ ਮੰਜਾ ਜੀ ਤਾਂ ਮੈਂ ਇੱਕ ਦਿਨ 'ਚ ਦੋ ਮੰਜੇ ਬੋਤਲ 'ਚ ਤਿਆਰ ਕਰ ਦਿੰਦਾ, ਅਤੇ ਕੋਈ ਨਵੀਂ ਚੀਜ਼ ਬਣਾਵਾਂਗੇ ਆਪਾਂ, ਕੋਈ ਨਵੀਂ ਚੀਜ਼ ਆਪਾਂ ਨੇ ਦੇਖ ਲਈ, ਮੰਨ ਲਓ ਚਰਖੇ ਦਾ ਮਾਡਲ ਦੇਖ ਲਿਆ ਤਾਂ ਉਹ ਕਾਫੀ ਵਾਰ ਇੱਕੀਆਂ ਦੇ ਵਿੱਚ ਨੇ, ਕੋਈ ਗੱਡੀ ਬਣਾਉਣੀ ਹੈ, ਕੋਈ ਸਾਈਕਲ ਦਾ ਮਾਡਲ ਆਪਾਂ ਸੋਚੀਏ ਤਾਂ ਉਸ ਨਵੀਂ ਚੀਜ਼ ਨੂੰ ਬਣਾਉਣ ਦੇ ਲਈ ਕਾਫੀ ਟਾਈਮ ਲੱਗੇਗਾ ਜੀ, ਉਸਨੂੰ 4 ਦਿਨ ਵੀ ਲੱਗ ਸਕਦੇ ਨੇ, 5 ਦਿਨ ਵੀ ਲੱਗ ਸਕਦੇ ਨੇ, ਤਾਂ ਇੱਦਾਂ ਟਾਈਮ ਲੱਗ ਜਾਂਦਾ ਜੀ ਕਾਫੀ। ਜਦੋਂ ਤੁਸੀਂ ਕਿਤੇ ਵੀ ਜਾਂਦੇ ਹੋ ਲੋਕਾਂ ਵੱਲੋਂ ਕੋਈ ਡਿਮਾਂਡ ਸੁਣਨ ਨੂੰ ਆਉਂਦੀ ਹੋਵੇ ਕਿ ਨਹੀਂ ਯਾਰ ਮੇਰੇ ਲਈ ਆਹ ਚੀਜ਼ ਬਣਾ ਦੇ, ਜਾਂ ਕੋਈ ਨਵੀਂ ਚੀਜ਼ ਤੁਹਾਡੇ ਸਾਹਮਣੇ ਆਈ ਹੋਵੇ ਜਿਹਨੂੰ ਤੁਸੀਂ ਬਣਾਉਣ ਦੀ ਸਟਿਲ ਟਰਾਈ ਕਰ ਰਹੇ ਹੋ? ਹਾਂਜੀ, ਦੇਖੋ ਜਦੋਂ ਵੀ ਮੈਂ ਮਾਰਕੀਟ ਦੇ ਵਿੱਚ ਜਾਂਦਾ, ਬਾਜ਼ਾਰ ਦੇ ਵਿੱਚ ਜਾਂਦਾ, ਤਾਂ ਮੇਰਾ ਧਿਆਨ ਵੈਸੇ ਮੈਂ ਨਾ ਬਹੁਤ ਸਾਰੇ ਕਬਾੜੀਆਂ ਦੁਕਾਨਾਂ 'ਤੇ ਬਹੁਤ ਰੁਕਦਾ ਜੀ, ਉੱਥੇ ਮੇਰਾ ਕਬਾੜ ਦੇ ਵਿੱਚ ਵੀ ਧਿਆਨ ਬਹੁਤ ਹੁੰਦਾ ਕਿ ਉੱਥੇ ਕੋਈ ਨਵੀਂ ਬੋਟਲ ਜਾਂ ਕੁਝ ਹੋਰ ਮੈਨੂੰ ਲੱਭ ਜੇ, ਬਹੁਤ ਕੁਝ ਕਰਨਾ ਚਾਹੁੰਦਾ ਜੀ, ਮੈਨੂੰ ਬਸ ਟਾਈਮ ਦੀ ਘਾਟ ਮਾਰ ਜਾਂਦੀ ਆ, ਅਤੇ ਇੱਦਾਂ ਹੀ ਜਿੰਨੇ ਵੀ ਫਰੈਂਡ ਸਰਕਲ 'ਚ ਰਿਸ਼ਤੇਦਾਰੀ 'ਚ ਅੱਗੇ ਜਿੰਨੇ ਵੀ ਮੈਨੂੰ ਜਾਣਦੇ ਨੇ, ਸਭ ਦੀਆਂ ਔਡਰ ਮੇਰੇ ਕੋਲ ਬਹੁਤ ਜ਼ਿਆਦਾ ਹੋਏ ਪਏ ਨੇ ਜੀ। ਪਹਿਲਾਂ ਕਾਫੀ ਚੀਜ਼ਾਂ ਬਣਾਈਆਂ ਸੀ ਇੱਦਾਂ ਘਰੋਂ ਲੈ ਜਾਂਦੇ ਸੀਗੇ, ਦੇ ਵੀ ਦਿੰਦਾ ਸੀ ਮੈਂ, ਪਰ ਹੁਣ ਮੈਂ ਆਪਣੀ ਕੀਮਤ ਆ ਜਿਹੜੀ ਉਹ ਮੰਗਦਾ ਜੀ, ਅਤੇ ਮੈਨੂੰ ਮਿਲਦੀ ਵੀ ਆ ਜੀ, ਜੀ ਬਣਦੀ ਵੀ ਆਰਟ ਦੀ ਬਣਦੀ ਵੀ ਆ ਜੀ ਟਾਈਮ। ਤੁਸੀਂ ਆਪਣੇ ਆਰਟ ਦਾ ਕਦੇ ਐਗਜ਼ੀਬਿਸ਼ਨ ਲਗਾਉਣ ਦਾ ਸੋਚਿਆ ਹੋਵੇ ਕਿਸੇ ਮੇਲੇ 'ਚ, ਜਾਂ ਚੰਡੀਗੜ੍ਹ ਬਹੁਤ ਫੇਅਰ ਲੱਗਦੇ ਨੇ ਉਹਦੇ 'ਚ ਸੋਚਿਆ ਹੋਵੇ ਕਦੇ? ਹਾਂਜੀ, ਸੋਚਿਆ ਬਹੁਤ ਆ ਜੀ, ਪਰ ਉੱਥੇ ਕਈ ਵਾਰੀ ਇਹ ਹੁੰਦਾ ਨਾ ਫੀਸ ਵਗੈਰਾ ਹੁੰਦੀ ਆ, ਅਸੀਂ ਉਹ ਅਫੋਰਡ ਨਹੀਂ ਕਰ ਪਾਉਂਦੇ, ਮਤਲਬ ਕਿ ਇੰਨਾ ਟਾਈਮ ਨਹੀਂ ਹੁੰਦਾ ਜੀ, ਪਰ ਤੁਹਾਡੇ ਵਰਗੇ ਭੈਣ ਭਰਾਵਾਂ ਦਾ ਸਾਰਿਆਂ ਦਾ ਸਹਿਯੋਗ ਆ, ਮੀਡੀਆ ਦਾ ਬਹੁਤ ਸਾਥ ਆ ਜੀ ਜਿਹੜਾ ਮੈਨੂੰ ਕਵਰ ਕਰਦਾ ਰਹਿੰਦਾ ਸਮੇਂ ਦੇ ਨਾਲ, ਅਤੇ ਇੱਦਾਂ ਹੀ ਬਹੁਤ ਪਹਿਚਾਣ ਬਣਦੀ ਰਹਿੰਦੀ ਹੈ ਜੀ ਆਪਣੀ, ਅਤੇ ਮੈਨੂੰ ਲੱਗਦਾ ਮੈਨੂੰ ਅਜੇ ਫਿਲਹਾਲ ਐਗਜੀਬਿਸ਼ਨਾਂ ਪਰ ਔਡਰ ਬਹੁਤ ਜਗ੍ਹਾ ਤੋਂ ਆਏ ਨੇ ਵੀ ਐਗਜੀਬਿਸ਼ਨਾਂ ਲਗਾਓ, ਪਰ ਐਗਜੀਬਿਸ਼ਨਾਂ ਦੇ ਲਈ 3-4 ਦਿਨ ਦਾ ਟਾਈਮ ਕੱਢਣਾ ਪੈਂਦਾ ਜੀ, ਉੱਥੇ ਰਹਿਣਾ ਪੈਂਦਾ, ਫਿਰ ਥੋੜ੍ਹਾ ਔਖਾ ਹੋ ਜਾਂਦਾ, ਮੁਸ਼ਕਲ ਆ ਰਹੀ ਹੈ ਇਸ ਕੰਮ ਦੇ ਵਿੱਚ। ਜੀ, ਬਟ ਸੋਸ਼ਲ ਮੀਡੀਆ ਅੱਜ ਕੱਲ੍ਹ ਇੱਦਾਂ ਦਾ ਪਲੇਟਫਾਰਮ ਬਣ ਚੁੱਕਿਆ ਹੈ ਕਿ ਤੁਸੀਂ ਆਪਣਾ ਕੋਈ ਵੀ ਕੰਮ ਮਤਲਬ ਉਹਦੇ ਜ਼ਰੀਏ ਸ਼ੁਰੂ ਕਰ ਸਕਦੇ ਹੋ, ਜਾਂ ਆਪਣੇ ਕੰਮ ਨੂੰ ਇੱਕ ਵੱਖਰੀ ਪਹਿਚਾਣ ਦੇ ਸਕਦੇ ਹੋ, ਤੁਸੀਂ ਉਹ ਚੀਜ਼ ਨਹੀਂ ਸੋਚੀ? ਨਹੀਂ ਜੀ, ਮੈਂ ਅਜੇ ਤੱਕ ਆਪਣਾ ਕੋਈ ਪੇਜ ਵਗੈਰਾ ਨਹੀਂ ਬਣਾਇਆ ਜੀ, ਬਸ ਐਵੇਂ ਫਰੈਂਡ ਸਰਕਲ ਜਾਂ ਮੀਡੀਆ ਵਾਲੇ ਇੰਟਰਵਿਊ ਲੈ ਜਾਂਦੇ ਨੇ ਅਤੇ ਉੱਥੋਂ ਹੀ ਮੇਰੀ ਪਹਿਚਾਣ ਬਣਦੀ ਰਹਿੰਦੀ ਹੈ ਜੀ। ਸੋ ਮਤਲਬ ਹਜੇ ਤੱਕ ਤੁਸੀਂ ਸੋਸ਼ਲ ਮੀਡੀਆ ਦਾ ਹੀ ਨਹੀਂ ਆਏ ਹੋ? ਬਹੁਤ ਘੱਟ ਆਈ ਮੈਂ। ਜਿਵੇਂ ਤੁਸੀਂ ਦੱਸਿਆ ਕਿ ਤੁਹਾਨੂੰ ਸਿੱਖਣ ਦੇ ਲਈ ਕਾਫੀ ਥਾਂ ਜਾਣਾ ਪਿਆ ਸੀਗਾ ਇਹ ਚੀਜ਼ ਨੂੰ ਜਾਣਨ ਦੇ ਲਈ, ਬਟ ਤੁਸੀਂ ਨਹੀਂ ਇਹ ਚੀਜ਼ ਸੋਚਦੇ ਕਿ ਜੋ ਤੁਹਾਡੇ 'ਚ ਚਾਹ ਹੈ, ਜਾਂ ਮੈਂ ਪੁੱਛਣਾ ਚਾਹੁੰਦੀ ਸੀ ਜਾਂ ਮੈਂ ਦੇਖਣਾ ਚਾਹੁੰਦੀ ਸੀ ਉਹ ਹੋਰ ਲੋਕਾਂ 'ਚ ਵੀ ਹੋਵੇਗੀ, ਕੋਈ ਇਹ ਹੈ ਚੀਜ਼ ਇਹ ਕਲਾ ਸਿੱਖਣਾ ਵੀ ਚਾਹੁੰਦਾ ਹੋਏਗਾ, ਤਾਂ ਕਦੇ ਤੁਸੀਂ ਸੋਚਿਆ ਕਿ ਉਹਨਾਂ ਨੂੰ ਵੀ ਮੈਂ ਸਿਖਾ ਪਾਵਾਂ, ਜਾਂ ਕੋਈ ਮੇਰੇ ਤੋਂ ਸਿੱਖਣਾ ਚਾਹੁੰਦਾ ਉਹਦੇ ਲਈ ਕੀ ਜ਼ਰੀਆ ਬਣ ਸਕਦਾ ਮੈਂ? ਹਾਂਜੀ, ਬੜੇ ਸਟੂਡੈਂਟਸ ਹੈਗੇ ਨੇ ਬੱਚੇ ਜਿਹੜੇ ਕਲਾ ਨਾਲ ਜੁੜੇ ਹੋਏ ਨੇ, ਮੈਨੂੰ ਫੋਨ ਵੀ ਕਰਦੇ ਨੇ, ਇੰਸਟਾ ਵਗੈਰਾ 'ਤੇ ਮੇਰੇ ਨਾਲ ਜੁੜਦੇ ਰਹਿੰਦੇ ਨੇ, ਅਤੇ ਮੈਂ ਸਿਖਾਉਂਦੇ ਫ੍ਰੀ ਆਫ ਕੋਸਟ ਸਿਖਾਉਣ ਨੂੰ ਤਿਆਰ ਹਾਂ। ਬਸ ਐਵੇਂ ਮੈਂ ਹੁਣ ਜਿਵੇਂ ਸਾਡਾ ਫਲਾਵਰ ਦਾ ਸੀਜ਼ਨ ਖਤਮ ਹੋ ਜਾਏਗਾ ਮਾਰਚ ਦੇ ਮਹੀਨੇ 'ਚ, ਉਸ ਤੋਂ ਬਾਅਦ ਮੈਂ ਸਿਖਾਵਾਂਗਾ ਜੀ ਬੱਚਿਆਂ ਨੂੰ, ਕਾਫੀ ਬੱਚੇ ਨੇ ਜਿਹਨਾਂ ਨੂੰ ਮੈਂ ਸਿਖਾਉਣਾ ਚਾਹੁੰਦਾ, ਮੈਂ ਚਾਹੁੰਦਾ ਕਿ ਇਹ ਕਲਾ ਮੇਰੇ ਤੱਕ ਹੀ ਨਾ ਰਹੇ, ਇਸ ਕਲਾ ਨੂੰ ਅੱਗੇ ਵਧਣਾ ਚਾਹੀਦਾ ਜੀ, ਅਤੇ ਮੈਨੂੰ ਕੋਈ ਲਾਲਚ ਨਹੀਂ ਕਿਸੇ ਬੱਚੇ ਤੋਂ, ਬਸ ਉਹਨੂੰ ਟਾਈਮ ਕੱਢ ਕੇ ਮੇਰੇ ਕੋਲ ਆਉਣਾ ਪਏਗਾ ਜੀ। ਇੱਦਾਂ ਹੀ ਕੋਈ ਫਰੈਂਡ ਸੀ ਉਹ ਕਹਿੰਦੇ ਮੈਂ ਸਿੱਖਣਾ, ਮੈਂ ਕਿਹਾ ਵੀ ਆ ਜਾ, ਉਹ ਕਹਿੰਦਾ ਕਿੰਨੇ ਦਿਨ ਦਿਨਾਂ 'ਚ ਸਿਖਾ ਦੋਗੇ, ਮੈਂ ਵੀਰੇ 5-4 ਦਿਨ 'ਚ ਸਿਖਾ ਦਾਂਗੇ, ਕਹਿੰਦਾ ਵੀ 1-2 ਦਿਨ 'ਚ ਨਹੀਂ ਸਿਖਾ ਸਕਦੇ, ਤਾਂ ਦੇਖੋ ਜੀ ਮੈਂ ਤੁਹਾਨੂੰ ਦੱਸ ਰਹੀ, ਮੈਂ ਗੁਜਰਾਤ ਤੱਕ ਹਰਿਆਣਾ ਜਿੱਥੇ ਮੈਂ ਹਫ਼ਤਾ ਹਫ਼ਤਾ ਘਰ ਤੋਂ ਬਾਹਰ ਰਹਿ ਜਾਂਦਾ ਇਸ ਕਲਾ ਨੂੰ ਸਿੱਖਣ ਦੇ ਲਈ ਵੀ ਕੁਝ ਨਵਾਂ ਸਿੱਖਾਂਗੇ, ਅਤੇ ਉਹ ਬੰਦਾ 2 ਦਿਨ ਦੇ ਲਈ ਟਾਈਮ ਨਹੀਂ ਕੱਢ ਸਕਦਾ, ਉਹ ਬੰਦਾ ਫਿਰ ਨਹੀਂ ਸਿੱਖ ਸਕਦਾ ਜੀ, ਟਾਈਮ ਤਾਂ ਕੱਢਣਾ ਪੈਣਾ ਜੀ। ਦੇਖੋ ਇੱਕ ਮੈਂ ਫ੍ਰੀ ਆਫ ਕੋਸਟ ਸਿਖਾ ਰਿਹਾ, ਅਤੇ ਫਿਰ ਜੋ ਬੰਦੇ ਬਾਹਰ ਨਿਕਲਣਗੇ ਰਾਸ਼ਟਰਪਤੀ ਅਵਾਰਡ ਤੱਕ ਉਸਨੂੰ ਮਿਲੇ ਜੀ ਕਾਫੀ, ਤੇ ਉਹ ਦੀਵਾਰਾਂ ਦੇ ਉੱਤੇ ਟੰਗੇ ਪਏ ਨੇ ਅੱਜ, ਤੇ ਮੈਂ ਉਹਨਾਂ ਕੋਲ ਬੈਠਦਾ ਰਹਿੰਦਾ, ਤੇ ਉਹੀ ਹੈ ਜੀ ਕਿ ਅਵਾਰਡ ਸਿਰਫ ਦੀਵਾਰਾਂ ਦੇ ਟੰਗਣ ਲਈ ਹੁੰਦੇ ਨੇ,
ਮੇਰਾ ਰਿਕਾਰਡ ਮੇਰਾ ਆਪਣਾ ਮਨ ਦੀ ਸ਼ਾਂਤੀ ਲਈ ਹੈ ਜੀ। ਮੈਂ ਕੋਈ ਰਿਕਾਰਡ ਬਾਰੇ ਅਜੇ ਤੱਕ ਨਹੀਂ ਸੋਚਿਆ ਹੈਗਾ ਇੱਦਾਂ, ਅਤੇ ਵੀ ਜੋ ਵੀ ਕਰਦਾ ਬਸ ਮੈਂ ਇਸ ਤੋਂ ਹੋਰ ਬੈਟਰ ਕਰਨਾ ਚਾਹੁੰਦਾ। ਜਿਹਦੇ ਨਾਲ ਕੋਈ ਰਿਕਾਰਡ ਬਣਨਾ ਹੋਇਆ ਆਪਣੇ ਆਪ ਬਣ ਜਾਣਾ ਜੀ, ਮੈਨੂੰ ਪਤਾ ਵੀ ਨਹੀਂ ਲੱਗਣਾ ਹੈਗਾ ਜੀ। ਹਾਂਜੀ ਹਾਂ। ਸੋ ਤੁਸੀਂ ਲੋਕਾਂ ਨੂੰ ਕੀ ਸੁਨੇਹਾ ਲਾਉਣਾ ਚਾਹੋਗੇ ਜੇ ਕਿਸੇ ਨੇ ਆ ਕਲਾ ਸਿੱਖਣੀ ਹੋਈ ਹੈ ਤੁਹਾਡੇ ਤੱਕ ਪਹੁੰਚਣਾ ਹੋਵੇ? ਜਦੋਂ ਮਰਜ਼ੀ ਮੇਰੇ ਤੱਕ ਕੋਈ ਵੀ, ਮੈਂ ਲੱਗਦਾ ਵੀ ਤੁਹਾਨੂੰ ਮੈਂ ਤੁਹਾਡੇ ਕੰਮ ਆ ਸਕਦਾ, ਕੋਈ ਆਰਟ ਦੇ ਲਾਈਨ ਦੇ ਵਿੱਚ ਕੋਈ ਮੈਂ ਤੁਹਾਡੀ ਮਦਦ ਕਰ ਸਕਦਾ, ਮੈਂ ਜ਼ਰੂਰ ਤੁਹਾਡੀ ਮਦਦ ਕਰਾਂਗਾ ਜੀ। ਬਾਕੀ ਆਪਣਾ ਜਿੰਨਾ ਵੀ ਵਿਹਲਾ ਸਮਾਂ ਜੀ, ਕਦੇ ਵੀ ਮੋਬਾਈਲਾਂ ਦੇ ਵਿੱਚ ਗੇਮਾਂ ਖੇਡਣੀਆਂ ਨਾ ਖਰਾਬ ਕਰੋ। ਮੈਂ ਹਮੇਸ਼ਾ ਹੀ ਮੈਸੇਜ ਦਿੰਦਾ ਹੁੰਦਾ ਕਿ ਆਪਣਾ ਕੁਝ ਨਾ ਕੁਝ ਕਰਦੇ ਰਹੋ ਜੀ। ਮੈਂ ਪੇਂਟਿੰਗ ਸਿੱਖੀ, ਫਲਾਵਰ ਡੈਕੋਰੇਸ਼ਨ ਦਾ ਕੰਮ ਸਿੱਖਿਆ, ਮੈਂ ਇੱਕ ਮਜੀਸ਼ੀਅਨ ਵੀ ਹਾਂ, ਜਾਦੂਗਰ ਵੀ ਹਾਂ, ਸਟੰਟਮੈਨ ਵੀ ਹਾਂ, ਬਹੁਤ ਕੁਝ ਮੈਂ ਕਰ ਲੈਂਦਾ ਜੀ। ਮੈਂ ਇਸ ਇੰਟਰਵਿਊ 'ਚ ਸਾਰੀਆਂ ਚੀਜ਼ਾਂ ਨਹੀਂ ਦਿਖਾ ਪਾ ਰਿਹਾ ਜੀ 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 ਹਾਂਜੀ ਹਾਂ। ਬਟ ਤੁਹਾਨੂੰ ਲੱਗਦਾ ਕਿ ਅੱਜ ਕੱਲ੍ਹ ਦੇ ਬੱਚੇ ਕਲਾ ਦੇ ਨਾਲ ਘੱਟ ਜੁੜੇ ਹੋਏ ਨੇ, ਸਗੋਂ ਮੋਬਾਈਲ ਫੋਨਾਂ ਦੇ ਨਾਲ ਜਾਂ ਸੋਸ਼ਲ ਨੈਟਵਰਕਿੰਗ ਦੇ ਨਾਲ ਜ਼ਿਆਦਾ ਜੁੜੇ ਹੋਏ ਨੇ, ਕਲਾ ਵੱਲ ਘੱਟ ਧਿਆਨ ਦੇ ਰਹੇ ਨੇ? ਹਾਂਜੀ ਹਾਂ, ਕਿਉਂਕਿ ਦੇਖੋ ਜੀ ਇੰਟਰਨੈਟ ਜੋ ਵੀ ਆ ਅੱਜ ਆਪਣਾ, ਉਹਦੇ 'ਤੇ ਤੁਸੀਂ ਆਪਣੀ ਕਲਾ ਦਿਖਾਓ, ਤੁਸੀਂ ਸਿਰਫ ਆਪਣੀਆਂ ਰੀਲਸ ਬਣਾਉਂਦੇ ਹੋ ਜਾਂ ਉਹ ਨਹੀਂ, ਕੁਝ ਆਪਣੇ ਜਦੋਂ ਕਲਾ ਹੈਗੀ ਉਸ ਚੀਜ਼ ਨੂੰ ਦੁਨੀਆਂ ਦੇ ਸਾਹਮਣੇ ਲੈ ਕੇ ਆਓ। ਹਰ ਇਨਸਾਨ 'ਚ ਟੈਲੈਂਟ ਹੁੰਦਾ ਕੋਈ ਨਾ ਕੋਈ, ਸਿਰਫ ਉਸਨੂੰ ਆਪਾਂ ਸਮਝ ਨਹੀਂ ਪਾ ਰਹੇ ਹੈਗੇ। ਅਤੇ ਮੈਂ ਚਾਹੁੰਦਾ ਕਿ ਹਰ ਇਨਸਾਨ ਇੱਕ ਵੱਖਰਾ ਹੁੰਦਾ ਜੀ, ਉਹ ਆਪਣੇ ਅੰਦਰ ਝਾਤੀ ਮਾਰੇ, ਆਪਣੀ ਕਲਾ ਨੂੰ ਅੱਗੇ ਲੈ ਕੇ ਆਵੇ। ਤੇ ਇਦਾਂ ਹੀ ਮੈਂ ਵੀ ਬਸ ਥੋੜਾ ਬਹੁਤਾ ਕਰਦਾ ਰਹਿੰਦਾ ਜਿੰਨਾ ਮੇਰੇ ਕੋਲ ਹੋ ਪਾ ਰਿਹਾ ਜੀ। ਸੋ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ, ਤੇ ਤੁਹਾਡੇ ਆਰਟ ਪੀਸ ਮੈਂ ਜ਼ਰੂਰ ਦਰਸ਼ਕਾਂ ਨੂੰ ਵੀ ਦਿਖਾਉਣਾ ਚਾਹੂੰਗੀ ਤੇ ਮੈਂ ਵੀ ਦੇਖਣਾ ਚਾਹੂੰਗੀ। ਬਟ ਗੱਲਬਾਤ ਦਾ ਸਿਲਸਿਲਾ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਥੈਂਕ ਯੂ ਜੀ ਤੁਹਾਡਾ ਸਮਾਂ ਦੇਣ ਦੇ ਲਈ ਸਰ। ਥੈਂਕ ਯੂ ਜੀ। ਸੋ ਗੱਭਰੂ ਟੀਵੀ ਤੇ ਮੇਰੇ ਨਾਲ ਸੀ ਅੱਜ ਗੁਰਦੀਪ ਸਿੰਘ ਜੀ, ਤੇ ਅਗਲੀ ਵਾਰ ਫੇਰ ਤੁਹਾਨੂੰ ਇੱਦਾਂ ਦੇ ਹੀ ਇੱਕ ਨਵੇਂ ਹੁਨਰ ਨਾਲ ਮਿਲਾਵਾਂਗੇ। ਸਟਿਲ ਸਟੇ ਟਿਊਨ ਵਿਦ ਗੱਭਰੂ ਟੀਵੀ ਐਂਡ ਜੈਮਸ ਆਫ ਪੰਜਾਬ ਸ਼ੋਅ, ਤੁਸੀਂ ਦੇਖਦੇ ਰਹੋ। ਸਤਿ ਸ਼੍ਰੀ ਅਕਾਲ।